ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਿਵੇਂ ਆ ਤੁਸੀਂ ਸਾਰੇ? ਉਮੀਦ ਹੈ ਸਾਰੇ ਜਣੇ ਵਧੀਆ ਹੋਵੋਗੇ। ਅਤੇ ਮੈਂ ਤੁਹਾਨੂੰ ਕੱਲ੍ਹ ਕਿਹਾ ਸੀਗਾ ਕਿ ਮੈਂ ਕਮੈਂਟਰਾਂ 'ਤੇ ਵੀਡੀਓ ਲੈ ਕੇ ਆਵਾਂਗੀ, ਜਿਹੜੇ ਤੁਸੀਂ ਬੈੱਡਸ਼ੀਟ ਬਾਰੇ ਕਮੈਂਟ ਕਰੋਗੇ, ਅਤੇ ਉਸੇ ਕਲਰ ਦੀ ਮੈਂ ਬੈੱਡਸ਼ੀਟ ਵਿਛਾਵਾਂਗੀ। ਅਤੇ ਕਾਫੀ ਜਣਿਆਂ ਨੇ ਪਿੰਕ ਬੈੱਡਸ਼ੀਟ ਕਹੀ ਅਤੇ ਕਾਫੀ ਜਣਿਆਂ ਨੇ ਬਰਾਊਨ, ਅਤੇ ਸਾਰਿਆਂ ਦੇ ਮੈਂ ਨਾਮ ਲਿਖੇ ਆ। ਜਿੰਨੇ ਮੇਰੀ ਪਿਛਲੀ ਵੀਡੀਓ 'ਤੇ ਕਮੈਂਟ ਕੀਤਾ ਆਲਮੋਸਟ ਸਾਰਿਆਂ ਦੇ ਮੈਂ ਨਾਮ ਲਿਖੇ ਆ। ਹਾਂ ਜੀ, ਇੱਕ ਅੱਧਾ ਨਾਮ ਛੁੱਟ ਗਿਆ, ਉਹਦੇ ਵਾਸਤੇ ਸੋਰੀ। ਅਤੇ ਬਾਕੀ ਜਿਹੜੇ ਜਿਹੜੇ ਤੁਸੀਂ ਕੁਐਸਚਨ ਪੁੱਟ ਕਰਦੇ ਹੋ, ਅਤੇ ਜਿਹੜੇ ਵੀ ਤੁਸੀਂ ਮਤਲਬ ਕਿ ਕਮੈਂਟ ਕਰਦੇ ਉਹਨਾਂ ਦੇ ਸਾਰਿਆਂ ਦੇ ਮੈਂ ਸੋਚ ਰਹੀ ਹਾਂ ਤੁਹਾਨੂੰ ਸਾਰਿਆਂ ਨੂੰ ਆਨਸਰ ਕਰਾਂ। ਅਤੇ ਫਿਲਹਾਲ ਸਾਰਾ ਕੰਮ ਕੁੰਮ ਖਤਮ ਕਰ ਲਿਆ ਵਾ, ਪਾਪਾ ਜੋਬ 'ਤੇ ਚਲੇ ਗਏ ਨੇ, ਅਤੇ ਆਪਾਂ ਹੋ ਗਏ ਹਾਂ ਬਿਲਕੁਲ ਫਰੀ। ਅਤੇ ਹੁਣ ਮੈਂ ਸੋਚਿਆ ਕਿ ਚਲੋ ਵੀਡੀਓ ਅਪਲੋਡ ਕਰ ਰਹੇ ਨੇ, ਵੀ ਕੱਲ੍ਹ ਵੀ ਮੇਰੇ ਕੋਲ ਕੁਛ ਪ੍ਰੋਬਲਮ ਦੀ ਵਜ੍ਹਾ ਨਾਲ ਵੀਡੀਓ ਨਹੀਂ ਅਪਲੋਡ ਹੋਈ। ਪ੍ਰੋਬਲਮ ਕਿ ਟਾਈਮ ਹੀ ਨਹੀਂ ਲੱਗਾ ਕੱਲ੍ਹ, ਅਤੇ ਮੈਂ ਵੈਸੇ ਚਾਹੁੰਦੀ ਹਾਂ ਕਿ ਮੈਂ ਰੋਜ਼ ਹੀ ਵੀਡੀਓ ਪੋਸਟ ਕਰਾਂ, ਅਤੇ ਪਰ ਕੋਈ ਨਾ ਕੋਈ ਐਸੇ ਹੀ ਹੋ ਜਾਂਦਾ ਕਿ ਵੀਡੀਓ ਅਪਲੋਡ ਕੱਲ੍ਹ ਮੇਰੇ ਕੋਲ ਨਹੀਂ ਹੋਈ। ਪਰ ਹੁਣ ਮੈਂ ਰੈਗੂਲਰ ਲੈ ਕੇ ਆਵਾਂਗੀ ਕੰਮ, ਛੋਟੇ ਜਿਹੇ ਕੋਈ ਘਰ ਦਾ ਨੋਰਮਲ, ਅਤੇ ਵੀਡੀਓ ਮੈਂ ਜ਼ਰੂਰ ਲੈ ਕੇ ਆਵਾਂਗੀ ਅਤੇ ਰੈਗੂਲਰ, ਕਿਉਂਕਿ ਤੁਹਾਡੇ ਨਾਲ ਵਾਅਦਾ ਕੀਤਾ ਸਾਰਿਆਂ ਨਾਲ, ਤੁਹਾਡੇ ਸਪੋਰਟ ਕਰਕੇ ਹੀ ਆਪਾਂ ਜਿਹੜਾ ਇੱਥੇ ਖੜ੍ਹੇ ਹਾਂ ਅੱਜ, ਅਤੇ ਇੱਥੋਂ ਤੱਕ ਪਹੁੰਚੇ ਹਾਂ। ਅਤੇ ਇੰਨਾ ਜਿਹੜਾ ਸਿਦਕਿਆ ਮਹਾਰਾਜ ਜੀ ਬਾਬਾ ਜੀ ਨੇ ਸਾਨੂੰ ਦਿੱਤਾ ਵਾ, ਸਿਰਫ ਇੱਕ ਤੁਹਾਡੀ ਸਪੋਰਟ ਦੀ ਵਜ੍ਹਾ ਨਾਲ, ਕਿਉਂਕਿ ਤੁਸੀਂ ਸਾਰੇ ਇੰਨੇ ਕੁ ਨਾਲ ਖੜ੍ਹੇ, ਇੱਕ ਆਪਣੀ ਫੈਮਿਲੀ ਬਣ ਕੇ ਨਾਲ ਖੜ੍ਹੇ ਨਾ, ਕਿ ਉਹ ਅਹਿਸਾਸ ਹੀ ਨਹੀਂ ਹੋਇਆ ਸਾਨੂੰ ਕਿ ਤੁਸੀਂ ਸਾਰੇ ਜਾਣੇ ਸਾਡੇ ਨਾਲ ਹੋ। ਇੱਦਾਂ ਹੀ ਫੀਲ ਹੁੰਦਾ, ਸਾਡੀ ਫੈਮਿਲੀ ਬਣ ਗਈ ਹੋ ਤੁਸੀਂ ਸਾਰੇ ਜਾਣੇ। ਅਤੇ ਚਲੋ ਆਪਾਂ ਕਰਦੇ ਹਾਂ ਵੀਡੀਓ ਸਟਾਰਟ, ਅਤੇ ਲੈਂਦੇ ਹਾਂ ਕਮੈਂਟਰਸ ਦੇ ਨੇਮ। ਅਤੇ ਹਾਂ, ਇੱਕ ਗੱਲ ਹੋਰ, ਜਿਹੜੇ ਵੀ ਮੇਰੀ ਵੀਡੀਓ 'ਤੇ ਫਸਟ 5 ਕਮੈਂਟ ਹੋਇਆ ਕਰਨਗੇ, ਉਹ ਮੈਂ ਵੀਡੀਓ ਦੇ ਐਂਡ 'ਤੇ ਉਹ 5 ਕਮੈਂਟਰਸ ਦੇ ਨਾਮ ਜ਼ਰੂਰ ਲਿਆ ਕਰਾਂਗੀ, ਅਤੇ ਉਹਨਾਂ ਦੇ ਕਮੈਂਟ ਦੇ ਆਨਸਰ ਵੀ ਕਰਿਆ ਕਰਾਂਗੀ। ਭਾਵੇਂ ਤੁਸੀਂ ਇੱਕ ਨਿੱਕਾ ਜਿਹਾ ਨਾਈਸ ਹੀ ਲਿਖੋ, ਫਸਟ 5 ਕਮੈਂਟ ਉਹਨਾਂ ਦੇ ਨੇਮ, ਅਤੇ ਉਹਨਾਂ ਦੇ ਜੋ ਵੀ ਕਮੈਂਟ ਹੋਣਗੇ ਉਹਦੇ ਆਨਸਰ, ਠੀਕ ਆ? ਅਤੇ ਤੁਸੀਂ ਜਲਦੀ ਜਲਦੀ ਫਸਟ 5 ਕਮੈਂਟ ਜ਼ਰੂਰ ਕਰਨਾ, ਜਿੰਨੇ ਵੀ ਕਰਨੇ ਨੇ। ਅਤੇ ਬਾਕੀ ਚਲੋ ਕੱਲ੍ਹ ਤੋਂ ਇਹ ਮੈਂ ਜ਼ਰੂਰ ਸਟਾਰਟ ਕਰਾਂਗੀ। ਅਤੇ ਸਿੰਮੂ ਹੁਣੇ ਸੁੱਤੇ ਹੋਏ ਨੇ, ਰੀਤ ਵੀ, ਸਿੰਮੂ ਵੀ, ਅਤੇ ਉਹ ਮੈਂ ਤੁਹਾਨੂੰ ਇੱਕ ਵਾਰੀ ਵਿਖਾ ਦਿੰਦੀ ਹਾਂ, ਅਤੇ ਫਿਰ ਆਪਾਂ ਕਰਦੇ ਹਾਂ ਵੀਡੀਓ ਸਟਾਰਟ। ਹੁਣ ਦੇਖੋ ਸਿੰਮੂ ਵੀ ਨਹਾ ਕੇ ਰੈਡੀ ਹੋ ਕੇ ਸੌਂ ਗਈ ਸੀਗੀ, ਅਤੇ ਰੀਤ ਵੀ ਹੁਣ ਸੌਂ ਗਈ ਆ, ਅਤੇ ਹੁਣ ਜਲਦੀ ਜਲਦੀ ਵੀਡੀਓ ਅਪਲੋਡ ਕਰ ਲੈਣਗੇ ਕਿ ਜਦੋਂ ਨੂੰ ਇਹਨਾਂ ਨੇ ਉੱਠਣਾ ਨਾ, ਅਤੇ ਉਦੋਂ ਨੂੰ ਫਿਰ ਮੇਰਾ ਇਹ ਕੰਮ ਖਤਮ ਹੋ ਜਾਣਾ। ਅਤੇ ਫਿਰ ਬੱਚਿਆਂ ਦਾ ਤੁਹਾਨੂੰ ਪਤਾ ਕਿ ਬਹੁਤ ਔਖਾ ਹੁੰਦਾ ਵਾ, ਆਵਾਜ਼ ਬਹੁਤ ਕਰਦੇ ਆ ਇਹ ਵੀਡੀਓ 'ਚ। ਚਲੋ ਆਪਾਂ ਬੈਠ ਜਾਂਦੇ ਹਾਂ, ਅਤੇ ਬੈਠ ਕੇ ਫਿਰ ਇੱਕ ਇੱਕ ਨਾਂ ਜਿਹੜਾ ਵਾ ਉਹ ਮੈਂ ਲਵਾਂਗੀ, ਜਿਹੜਾ ਵੀ ਆ ਮੈਂ ਲਿਖੇ ਆ ਸਾਰੇ ਨਾਮ, ਕਿਉਂਕਿ ਇੰਨੇ ਨਾਮ ਇੱਕਦਮ ਤਾਂ ਯਾਦ ਨਹੀਂ ਸੀ ਨਾ ਰਹਿਣੇ, ਅਤੇ ਇਸ ਕਰਕੇ ਫਿਰ ਮੈਂ ਸਾਰੇ ਨਾਮ ਲਿਖੇ ਹੋਏ ਆ। ਅਤੇ ਚਲੋ ਆਪਾਂ ਸਟਾਰਟ ਕਰਦੇ ਹਾਂ। ਹਾਂਜੀ, ਫਸਟ ਨਾਮ ਹੈ ਜੀ ਐਡਮਾਇਰਿੰਗ ਫਾਊਂਟੇਨ, ਅਤੇ ਇਹਨਾਂ ਨੇ ਵੀ ਮਤਲਬ ਕਿ ਇੱਕੋ ਕਮੈਂਟ ਸੀਗਾ ਕਾਫੀ ਜਾਣੇ ਦਾ ਸਿਰਫ ਬੈੱਡਸ਼ੀਟ ਵੱਲੋਂ, ਅਤੇ ਉਹਨਾਂ ਦੇ ਜਸਟ ਮੈਂ ਨਾਮ ਹੀ ਲੈ ਦਾਂਗੀ, ਅਤੇ ਬਾਕੀਆਂ ਨੇ ਜਿਨ੍ਹਾਂ ਨੇ ਹੋਰ ਦੂਸਰੇ ਕਮੈਂਟ ਕੀਤੇ ਉਹਨਾਂ ਦੇ ਮੈਂ ਵਿੱਚ ਆਨਸਰ ਕਰਾਂਗੀ, ਠੀਕ ਹੈ ਜੀ? ਅਤੇ ਫਸਟ ਹੈ ਜੀ ਐਡਮਾਇਰਿੰਗ ਫਾਊਂਟੇਨ, ਅਤੇ ਇਹਨਾਂ ਨੇ ਮਤਲਬ ਕਿ ਬੈੱਡਸ਼ੀਟ ਵੱਲੋਂ ਕਿਹਾ ਸੀਗਾ। ਅਤੇ ਨੈਕਸਟ ਹੈ ਜੀ ਗੇਮਿੰਗ 96, ਅਤੇ ਫਿਰ ਆ ਜੀ ਸੰਦੀਪ ਵਿਰਕ, ਇਹਨਾਂ ਨੇ ਸਾਰਿਆਂ ਨੇ ਮਤਲਬ ਬੈੱਡਸ਼ੀਟ ਵੱਲੋਂ ਹੀ ਕਿਹਾ ਵਾ। ਭੁਪਿੰਦਰ ਸਿੰਘ, ਪ੍ਰੋਮੀਲਾ ਗੁਲਾਟੀ, ਅਮਨਦੀਪ ਕੌਰ, ਰਜਿੰਦਰ ਕੌਰ, ਮੱਲੀ ਸੰਧੂ, ਕੁਲਵਿੰਦਰ ਔਲਾਕ, ਥੈਂਕ ਯੂ ਜੀ ਸਾਰਿਆਂ ਦਾ, ਕਮੈਂਟ ਕਰਦੇ ਹੋ, ਉਤਸ਼ਾਹ ਦਿੰਦੇ ਹੋ। ਅਤੇ ਰਾਜਵਿੰਦਰ ਕੌਰ, ਹਾਂਜੀ ਰਾਜਵਿੰਦਰ ਕੌਰ ਜੀ, ਇਹਨਾਂ ਨੇ ਪੁੱਛਿਆ ਸੀਗਾ ਕਿ ਅਜੇ ਭਾਨੂੰ ਕੀ ਹੋਇਆ ਵਾ, ਕੀ ਹੋਇਆ ਸੀ, ਉਹ ਠੀਕ ਨਹੀਂ ਸੀ ਜਾਂ ਕਿੱਦਾਂ ਸੀ। ਅਤੇ ਇਹ ਮੈਂ ਜਿਹੜੀ ਹੈ ਨਾ ਸਾਰੀ ਗੱਲ ਦੀ ਜਿਹੜੀ ਆ ਵੀਡੀਓ ਪਾਈ ਹੋਈ ਆ, ਅਤੇ
ਤੁਸੀਂ ਉਹ ਵੀਡੀਓ ਵੇਖ ਸਕਦੇ ਹੋ, ਜੇ ਨਹੀਂ ਤਾਂ ਮੈਂ ਇਹ ਵੀਡੀਓ ਦੇ ਪਾ ਦਾਂਗੀ ਲਾਸਟ ਅਤੇ ਐਂਡ ਸਕਰੀਨ ਲਾ ਦਾਂਗੀ ਅਤੇ ਆਈ ਬਟਨ ਵਿੱਚ ਵੀ ਲਾ ਦਾਂਗੀ ਵੀਡੀਓ, ਅਤੇ ਤੁਸੀਂ ਉਹ ਵੇਖ ਲੈਣਾ। ਉਹਦੇ 'ਚ ਮੈਂ ਸਾਰਾ ਕੁਛ ਦੱਸਿਆ ਵਾ ਕਿ ਕਿਵੇਂ ਕੀ ਹੋਇਆ, ਕਿੱਦਾਂ ਹੋਇਆ, ਕਿੱਦਾਂ ਪਤਾ ਲੱਗਾ। ਅਤੇ ਚਲੋ ਆਪਾਂ ਅੱਗੇ ਵੱਧਦੇ ਹਾਂ। ਨੈਕਸਟ ਆ ਜੀ ਜੋਤੀ ਸ਼ਰਮਾ, ਬਲਜਿੰਦਰ ਕੌਰ, ਸਾਹਿਬ ਬੈਨੀਪਾਲ। ਅਤੇ ਨੈਕਸਟ ਆ ਜੀ ਹਰਜਿੰਦਰ ਕੌਰ, ਪਰਮਿੰਦਰ ਕੌਰ, ਜਸਪਾਲ ਪਵਾਰ ਸੀਗਾ ਜਾਂ ਪਰਮਾਰ ਸੀਗਾ ਸ਼ਾਇਦ, ਇੱਦਾਂ ਸੀ ਕੁਛ। ਨੈਕਸਟ ਆ ਜੀ ਜੀ ਕੌਰ, ਲਵਰੋਜ ਸੰਧੂ, ਬੈਂਟੀ ਸਿੰਘ, ਚਾਹਲ ਗੇਮਿੰਗ, ਜਰਮਨਪ੍ਰੀਤ, ਜਗਦੀਪ ਸਿੰਘ, ਵੀਵੋ A15, ਗੁਰਨੇਜ ਸਿੰਘ, ਮਨੂ ਗਰੇਵਾਲ। ਅਤੇ ਇਹਨਾਂ ਵਿੱਚੋਂ ਕੁਛ ਦੇ ਕਮੈਂਟ ਸੀਗੇ ਕਿ ਤੁਸੀਂ ਕਿੱਥੇ ਰਹਿੰਦੇ ਆ ਅਤੇ ਆਪਣਾ ਘਰ ਕਿਉਂ ਛੱਡਦਾ। ਵੈਸੇ ਨੋਰਮਲੀ ਆਪਾਂ ਪਿੱਛੇ ਸਾਰੇ ਵਲੋਗ ਪਾਏ ਹੋਏ ਆ, ਹੈ ਨਾ, ਆਪਾਂ ਕਿਉਂ ਛੱਡਿਆ, ਕੀ ਮਜਬੂਰੀ ਸੀਗੀ, ਆਪਾਂ ਕਿੱਥੇ ਹਾਂ। ਅਤੇ ਮੈਂ ਦੁਬਾਰਾ ਦੱਸ ਦਿੰਦੀ ਹਾਂ ਕਿ ਪਾਪਾ BSF ਵਿੱਚ ਜੋਬ ਕਰਦੇ ਆ, ਆਪਾਂ ਇੱਥੇ ਰਾਜਸਥਾਨ ਵਿੱਚ ਹਾਂ, ਹੁਣ ਫਿਲਹਾਲ ਰਾਜਸਥਾਨ ਜੈਸਲਮੇਰ ਵਿੱਚ ਹਾਂ। ਇੱਥੇ ਪਾਪਾ BSF ਵਿੱਚ ਜੋਬ ਕਰਦੇ ਆ, ਸਬ ਇੰਸਪੈਕਟਰ ਦੀ ਪੋਸਟ 'ਤੇ ਨੇ ਪਾਪਾ, ਅਤੇ ਆਪਾਂ ਹੁਣ ਫਿਲਹਾਲ ਇੱਥੇ ਕੁਆਟਰਾਂ 'ਚ ਰਹਿ ਰਹੇ ਹਾਂ। ਅਤੇ ਪਾਪਾ ਦੀ ਇਹ ਤਾਂ ਜੋਬ ਜਿਹੜੀ ਆ ਉਹ ਥੋੜ੍ਹੀ ਨਜ਼ਦੀਕ ਆ। ਅਤੇ ਬਾਕੀ ਵੈਸੇ ਮੈਂ ਸਾਰੇ ਵਲੋਗ ਪਿੱਛੇ ਪਾਏ ਹੋਏ ਆ, ਤੁਸੀਂ ਮੇਰਾ ਚੈਨਲ ਚੈੱਕ ਕਰੋਗੇ ਅਤੇ ਪਿਛਲੀਆਂ ਵੀਡੀਓ ਤੁਹਾਨੂੰ ਸਾਰੀਆਂ ਜਿਹੜੀਆਂ ਵਾ ਇਹਦੇ ਅਕੋਰਡਿੰਗ ਮਿਲ ਜਾਣਗੀਆਂ, ਜੋ ਵੀ ਤੁਹਾਡੇ ਕੁਸ਼ਚਨ ਹੁੰਦੇ ਆ। ਬਾਕੀ ਸਾਡਾ ਫਰਜ਼ ਬਣਦਾ, ਤੁਸੀਂ ਸਾਨੂੰ ਪਿਆਰ ਕਰਦੇ ਹੋ, ਇੰਨਾ ਸਪੋਰਟ ਕਰਦੇ ਹੋ, ਅਤੇ ਅਸੀਂ ਤੁਹਾਨੂੰ ਦੱਸੀਏ ਕੀ ਆ ਤੁਹਾਡੇ ਕਮੈਂਟਾਂ ਦੇ ਆਨਸਰ ਦਈਏ। ਅਤੇ ਬਾਕੀ ਤੁਸੀਂ ਦੇਖ ਸਕਦੇ ਹੋ ਉੱਥੋਂ ਸਾਰਾ ਕੁਛ। ਨੈਕਸਟ ਆ ਜੀ ਜਗਜੀਤ ਸਿੰਘ, ਇਹਨਾਂ ਨੇ ਕਿਹਾ ਆ ਕਿ ਮੈਂ ਤੁਹਾਡੇ ਵਲੋਗ ਦੀ ਵੇਟ ਕਰਦੀ ਰਹਿੰਦੀ ਹਾਂ, ਤੁਸੀਂ ਕਦੋਂ ਵਲੋਗ ਪਾਓ। ਅਤੇ ਥੈਂਕ ਯੂ ਜਗਜੀਤ ਸਿੰਘ ਜੀ, ਇੰਨਾ ਪਿਆਰ ਕਰਦੇ ਹੋ। ਅਤੇ ਵੇਟ ਦੀ ਗੱਲ ਨਹੀਂ ਆ ਜੀ, ਵੈਸੇ ਮੈਂ ਰੈਗੂਲਰ ਵਲੋਗ ਪਾਉਂਦੀ ਹਾਂ, ਤੁਹਾਡੇ ਕਰਕੇ ਹੀ ਮੈਂ ਥੋੜ੍ਹਾ ਇੱਥੋਂ ਤੱਕ ਆਈ ਹਾਂ, ਅਤੇ ਤੁਹਾਡੀ ਸਪੋਰਟ ਨਾਲ ਹੀ ਆ ਬਸ, ਜੋ ਕੁਛ ਵਾ ਤੁਹਾਡੇ ਕਰਕੇ ਹੀ ਆ ਬਸ। ਅਤੇ ਜਗਜੀਤ ਸਿੰਘ ਮਨ ਫਿਰ ਤੋਂ ਤੁਹਾਨੂੰ ਜਿਹੜਾ ਵਾ ਬਹੁਤ ਬਹੁਤ ਦਿਲੋਂ ਧੰਨਵਾਦ। ਇੱਦਾਂ ਦੇ ਜਦੋਂ ਕਮੈਂਟ ਕਰਦੇ ਹੋ ਨਾ, ਇੰਨਾ ਜ਼ਿਆਦਾ ਉਤਸ਼ਾਹ ਮਿਲਦਾ ਕਿ ਕੋਈ ਕਹਿਣ ਦੀ ਗੱਲ ਨਹੀਂ ਆ। ਅਤੇ ਨੈਕਸਟ ਆ ਜੀ ਟੈਲੈਂਟਡ ਪੀਪਲ ਆਫ ਸਕੂਲ, ਇਹ ਸ਼ਾਇਦ ਉਹਨਾਂ ਦਾ ਕੋਈ ਚੈਨਲ ਆ, ਸੋ ਜੇ ਤੁਸੀਂ ਵਿਜ਼ਿਟ ਕਰਨਾ ਚਾਹੋ ਕੋਈ ਵੇਖ ਸਕੋ, ਜੇ ਵੇਖ ਲਓ ਜੇ ਉਹਨਾਂ ਦੇ ਚੈਨਲ ਆ, ਜਿਨ੍ਹਾਂ ਦੇ ਵੀ ਚੈਨਲ ਆ, ਸਮੀਕਸ਼ਾ ਦੇਵੀ, ਸੁਰਿੰਦਰ ਕੌਰ, ਜਗਜੀਤ ਜੱਗੀ, ਰਾਜਵੀਰ ਸਿੱਧੂ, ਹੈਰੀ ਅਰਮਾਨ, ਇਹ ਕੀ ਆ ਕੁਰਮ ਹੈ ਕਿ ਕੁਰਾਮ ਭਾਈ, ਇਸ ਇੱਦਾਂ ਦਾ ਆ ਕੁਛ, ਰਵੀ ਗਿੱਲ, ਰਣਜੀਤ, ਗਗਨ ਡੰਡੀਵਾਲ, ਗੁਰਪ੍ਰੀਤ ਸਿੱਧੂ ਜਾਂ ਗੁਰਪ੍ਰੀਤ ਕੌਰ ਆ ਪਤਾ ਨਹੀਂ ਆ। ਅਤੇ ਇਹਨਾਂ ਨੇ ਮਤਲਬ ਕਿ ਕਿਹਾ ਕਿ ਤੁਸੀਂ ਕੋਈ ਜੋਬ ਕਰ ਲਓ, ਕਿ ਪਾਪਾ ਨੂੰ ਕਹੋ ਕਿ ਇੱਥੇ ਕੋਈ ਜੋਬ ਸਾਨੂੰ ਮਤਲਬ ਕਿ ਦੇਖ ਸਕਣ, ਕਿ ਉਹਨਾਂ ਦਾ ਵੀ ਮਤਲਬ ਅਟੈਨਸ਼ਨ ਇਹ ਆ ਕਿ ਚਲੋ ਜੋਬ ਕਰਨਗੇ, ਇਹਨਾਂ ਦਾ ਮਾਇੰਡ ਹੋਰ ਬੰਨੇ ਹੋਊਗਾ ਜਾਂ ਕਿੱਦਾਂ ਆ, ਹੈ ਨਾ। ਆਪਣਾ ਹੁੰਦਾ ਆ, ਸਾਰੇ ਬਹੁਤ ਸੋਚਦੇ ਆ, ਮੈਨੂੰ ਪਤਾ ਆ, ਕਿਸੇ ਦੀ ਗਲਤ ਇੰਟੈਂਸ਼ਨ ਨਹੀਂ ਆ। ਬਾਕੀ ਦੀਦੀ ਮੈਂ ਜੋਬ ਜ਼ਰੂਰ ਕਰਨੀ ਆ, ਇੱਦਾਂ ਦੀ ਗੱਲ ਨਹੀਂ ਗਾਣੀ, ਮੈਂ ਲਾਈਫ ਵਿੱਚ ਆਪਣੀਆਂ ਬੇਟੀਆਂ ਨੂੰ ਪਾਲਣ ਵਾਸਤੇ ਕੁਛ ਨਾ ਕੁਛ ਇੱਦਾਂ ਦਾ ਜ਼ਰੂਰ ਕਰਾਂਗੀ ਕਿ ਗਾੜੀ ਮੇਰਾ ਫਿਊਚਰ ਵਿੱਚ ਵਧੀਆ ਕੰਮ ਲੱਗੇ। ਬਾਕੀ ਹਜੇ ਨਹੀਂ, ਕਿਉਂਕਿ ਅਜੇ ਬੇਟੀਆਂ ਬਹੁਤ ਛੋਟੀਆਂ ਵਾ, ਅਤੇ ਮੰਮਾ ਇਕੱਲੀ ਸੰਭਾਲਦੇ ਤਾਂ ਹੈਗੇ, ਨੋਰਮਲੀ ਸਿਰਫ ਸਾਡੇ ਕੋਲ ਘਰ ਦਾ ਕੰਮ ਹੀ ਅਜੇ ਹੁੰਦਾ ਵਾ ਬੱਚੀਆਂ ਦੇ ਨਾਲ, ਕਿਉਂਕਿ ਸਿੰਮੂ ਵੀ ਛੋਟੀ ਆ, ਰੀਤ ਵੀ ਛੋਟੀ ਆ,
ਅਤੇ ਇੰਨਾ ਜ਼ਿਆਦਾ ਜਿਹੜਾ ਵਾ ਉਹ ਜੋਬ 'ਤੇ ਮੈਂ ਜੇ ਜਾਊਂਗੀ ਸਾਰਾ ਦਿਨ ਮੇਰਾ ਉੱਥੇ ਲੱਗ ਜਾਣਾ, ਫਿਰ ਘਰ ਵਿੱਚ ਔਖਾ ਹੋ ਜਾਂਦਾ ਨਾ, ਇਸ ਕਰਕੇ ਹਜੇ ਨਹੀਂ। ਥੋੜ੍ਹਾ ਜਿਹਾ ਇਹ ਚੱਲਣ ਡੈ ਤੁਰਨ ਫਿਰਨ ਡੈ ਪਈਆਂ ਨਾ, ਥੋੜ੍ਹਾ ਜਿਹਾ ਸਕੂਲ ਵਗੈਰਾ ਜਾਣਾ ਪਿਆ, ਫਿਰ ਮੈਂ ਜ਼ਰੂਰ ਕੰਟੀਨਿਊ ਕਰਨੀ ਆ ਆਪਣੀ ਗਾੜੀ ਲਾਈਫ। ਕੁਛ ਨਾ ਕੁਛ ਮੈਂ ਇੱਦਾਂ ਦਾ ਸਿੱਖੂੰਗੀ ਕਿ ਗਾੜੀ ਮੇਰੇ ਕੰਮ ਆਏ, ਮੇਰੀਆਂ ਬੇਟੀਆਂ ਦੇ ਕੰਮ ਆਏ। ਅਤੇ ਬਾਕੀ ਹਜੇ ਕੋਈ ਫਿਲਹਾਲ ਨਹੀਂ ਗਾ ਆਈਡੀਆ ਕਿ ਕੀ ਕਰਾਂਗੀ ਲਾਈਫ ਦੇ ਨਾਲ ਨਾਲ, ਜੋ ਵੀ ਆ ਉਹ ਮੈਂ ਜ਼ਰੂਰ ਕਰਾਂਗੀ ਆਪਣੇ ਵੱਲੋਂ। ਵਨਰਾਜ ਚਾਹਲ, ਹਾਂਜੀ ਭੂਈ ਜੀ, ਵਨਰਾਜ ਚਾਹਲ ਮੇਰੀ ਭੂਈ ਜੀ ਆ, ਉਹਨਾਂ ਦੇ ਬੇਟੇ ਦਾ ਨਾਮ ਆ ਵਨਰਾਜ, ਅਤੇ ਬਹੁਤ ਪਿਆਰ ਕਰਦੇ ਆ, ਹਰ ਇੱਕ ਵੀਡੀਓ 'ਤੇ ਕਮੈਂਟ ਕਰਦੇ ਆ, ਉਹ ਥੈਂਕ ਯੂ ਭੂਈ ਜੀ। ਅਤੇ ਬਾਕੀ ਜੀ ਦਰਸ਼ਨ ਕੌਰ, ਪ੍ਰਿੰਸ ਵਰਲਡ, ਗੁਰਸੇਵਕ ਸਿੰਘ, ਜਗਦੀਪ ਬਰਾੜ, ਪਰੀ ਪੰਨੂ, ਇੱਕ ਪਰੀ ਪੰਨੂ ਆ, ਇੱਕ ਰਵੀ ਪੰਨੂ ਆ, ਪਰਮਜੀਤ ਠਾਕੁਰ, ਅੱਗੇ ਅੰਜੂ ਗਿੱਲ, ਇਹ ਇਕੱਲਾ ਗਿੱਲ ਹੀ ਆ, ਕੋਈ ਗਿੱਲ 15ਵੀਂ ਸੀਗਾ, ਇੱਕ ਇਕੱਲਾ ਗਿੱਲ ਸੀਗਾ, ਰਮਨ ਵੜੈਚ, ਜੀ ਜੀ ਵੈਕਟਰ, ਰਣਜੀਤ ਦਿਓਲ, ਬਲਦੇਵ ਕੌਰ, ਹਾਂਜੀ। ਅਤੇ ਆਹ ਆ ਜੀ ਜਿਨ੍ਹਾਂ ਜਿਨ੍ਹਾਂ ਦੇ ਮੈਂ ਨੇਮ ਲਿਖੇ ਆ, ਬਾਕੀ ਜੇ ਕੋਈ ਰਹਿ ਗਿਆ ਉਹਦੇ ਲਈ ਪਹਿਲਾਂ ਦਿਲੋਂ ਸੋਰੀ ਆ, ਅਤੇ ਥੈਂਕ ਯੂ ਬਾਕੀ ਇੰਨਾ ਪਿਆਰ ਦਿੰਦੀ ਆ। ਅਤੇ ਜਿਹੜਾ ਮੈਂ ਕਿਹਾ ਫਸਟ 5 ਕਮੈਂਟ, ਮੈਂ ਜ਼ਰੂਰ ਜਿਹੜਾ ਉਹ ਲਿਖਿਆ ਕਰੂੰਗੀ, ਅਤੇ ਕਮੈਂਟ ਵਿੱਚ ਵੀਡੀਓ ਦੀ ਲਾਸਟ 'ਚ ਬੋਲਿਆ ਕਰੂੰਗੀ, ਛੇਤੀ ਛੇਤੀ ਫਸਟ 5 ਕਮੈਂਟ ਕਰ ਦੇਣਾ ਸਾਰਿਆਂ ਨੇ। ਬਾਕੀ ਥੈਂਕ ਯੂ ਜੀ, ਫਿਰ ਆਊਂਗੀ ਇੱਕ ਨਵੇਂ ਵਲੋਗ ਦੇ ਨਾਲ, ਅਤੇ ਤੁਹਾਡੇ ਸਾਰਿਆਂ ਦਾ ਪਿਆਰ ਇੱਦਾਂ ਹੀ ਮੇਰੇ ਨਾਲ ਬਣਿਆ ਰਹੇ, ਅਤੇ ਆਪਣੀ ਲਾਈਫ 'ਚ ਤੁਸੀਂ ਸਾਰੇ ਬਹੁਤ ਖੁਸ਼ ਰਹੋ, ਅਤੇ ਥੈਂਕ ਯੂ ਜੀ ਤੁਹਾਡਾ।